ਅਮਰਤਾ ਪ੍ਰੀਤਮ ਦਾ ਨਾਵਲ ਨਰਾਤਾ ਨ ਰੁਕਮਣੀ ਦਾ ਉਨੀ ਵਾਂਗ ਅੱਜ ਦੀ ਰਾਤ ਖੜੀ ਪਹਿਲਾਂ ਹਰਕਿਸ਼ਨ ਨੂੰ ਆਪਣੇ ਗਲ 'ਚ ਪਈ ਹੋਈ ਕਮੀਜ਼ ਰੌ ਸਿਲਕ ਦੀ ਉਹ ਕਮੀਜ਼ ਜਾਪੀ ਸੀ ਜੋ ਕਦੀ ਆਫਤਾਬ ਨੇ ਉਹਨੂੰ ਸੋਗਾਤ ਦਿੱਤੀ ਸੀ ਤੇ ਹੁਣ ਉਹੀ ਰੌਲਸ ਸਿਲਕ ਦੀ ਕਮੀਜ਼ ਉਹਦੇ ਗਲ ਨਾਲ ਬੁਲੇਟਿਆ ਹੋਇਆ ਜਾਪਾਨੀ ਸਿਲਕ ਦਾ ਬੜੇ ਕੋਲਾ ਜਿਹਾ ਮਫਲਰ ਬਣ ਗਈ ਉਹਦਾ ਹੱਥ ਪਤਾ ਨਹੀਂ ਕਿੰਨਾ ਚਿਰ ਆਪਣੇ ਗਲ ਨੂੰ ਤੇ ਉਸ ਰੇਸ਼ਮੀ ਮਫਲਰ ਨੂੰ ਤਲੀ ਨਾਲ ਚੁੰਦਾ ਰਿਹਾ ਉਹ ਕੋਈ 26-27 ਵਾਰ ਪੈरिस ਗਿਆ ਸੀ ਇੱਥੇ 1967 ਵਿੱਚ ਵੀ ਉਹਨੇ ਆਪਣੇ ਚਿੱਤਰਾਂ ਦੀ ਨਮਾਇਸ਼ ਕੀਤੀ 1969 ਵਿੱਚ ਵੀ ਤੇ ਦੋਵੇਂ ਵਾਰੀ ਉਹ ਭਾਵੇਂ 1 ਮੈਨ ਸ਼ੋਅ ਸਨ ਪਰ 1979 ਵਿੱਚ 28-29 ਫ੍ਰਾਂਸੀਸੀ ਚਿੱਤਰਕਾਰਾਂ ਨਾਲ ਰਲ ਕੇ ਜੋਨੇ ਆਪਣੇ ਚਿੱਤਰਾਂ ਦੀ ਨਮਾਇਸ਼ ਕੀਤੀ ਸੀ ਉਹ ਦੋ ਗੱਲਾਂ ਦੋ ਗੱਲਾਂ ਕਾਰਨ ਬੜੀ ਯਾਦਗਾਰੀ ਸੀ ਇੱਕ ਇਹ ਕਿ ਉਹ ਨਮਾਇਸ਼ 'ਚ ਫ੍ਰਾਂਸ ਦੇ ਬਰਨਾਰਡ ਬੁਫੇ ਕਲਾਵੇ ਫੋਂਟਾਨਾ ਰੋਜ਼ਾ ਤੇ ਮੈਕਵਾਈਜੇ ਮੰਨੇ ਹੋਏ ਚਿੱਤਰਕਾਰੋ ਦੇ ਸਮਕਾਲੀ ਸਨ ਤੇ ਦੂਜਾ ਇਸ ਗੱਲੋਂ ਕਿ ਫਰਾਂਸ 'ਚ ਵੱਸ ਕੇ ਜਾਪਾਨੀ ਚਿੱਤਰਕਾਰ ਮੋਰਾ ਯਾਮਾ ਦੀ ਬੜੀ ਅਹਿਸਾਸਮੰਦ ਦੋਸਤੀ ਉਹਨੂੰ ਮਿਲੀ ਸੀ ਇੱਕ ਦਿਨ ਹਰੀਕ੍ਰਿਸ਼ਨ ਨੇ ਚੰਬੇ ਦੀ ਕਢਾਈ ਵਾਲਾ ਇੱਕ ਮਫਲਰ ਗਲ ਚ ਪਾਇਆ ਹੋਇਆ ਸੀ ਤੇ ਮੋਰਾ ਯਾਮਾ ਨੇ ਜਾਪਾਨੀ ਸਿਲਕ ਦਾ ਤੇ ਜਦੋਂ ਦੋਵੇਂ ਚਿੱਤਰਕਲਾ ਦੀਆਂ 3 ਡਾਈਮੈਂਸ਼ਨਸ ਤੇ 4 ਡਾਈਮੈਂਸ਼ਨਸ ਦੀਆਂ ਗੱਲਾਂ ਕਰਦੇ ਇੱਕ ਦੂਜੇ ਦੀ ਕਦਰ ਚ ਇਨਾ ਪਿਗਲ ਗਏ ਕਿ ਮੁਰਾਇਆਮਾ ਨੇ ਆਪਣੇ ਗਲ ਦਾ ਮਫਲਰ ਲਾ ਕੇ ਹਰਕ੍ਰਿਸ਼ਨ ਦੀ ਗੱਲ 'ਚ ਪਾ ਦਿੱਤਾ। ਇਸ ਖਲੂਸ ਦੇ ਜਵਾਬ 'ਚ ਹਰਕ੍ਰਿਸ਼ਨ ਨੇ ਚੰਬੇ ਦੀ ਕਢਾਈ ਵਾਲਾ ਆਪਣਾ ਮਫਲਰ ਆਪਣੇ ਗਲ 'ਚੋਂ ਲਾ ਕੇ ਮੁਰਾਇਆਮਾ ਦੀ ਗੱਲ 'ਚ ਪਾ ਦਿੱਤਾ ਸੀ ਤੇ ਉਹਨੂੰ ਆਪਣੇ ਦੇਸ਼ ਦੀ ਉਹ ਰਵਾਇਤ ਵੀ ਦੱਸੀ ਕਿ ਦੋ ਮਰਦ ਜਦੋਂ ਦੋਸਤ ਬਣਦੇ ਆ ਉਹ ਆਪਣੀਆਂ ਪੱਗਾਂ ਵਟਾਉਂਦੇ ਆ। ਮੁਰਾਇਆਮਾ ਦੇ ਮਫਲਰ ਦੀ ਛੋ ਨੂੰ ਗਲ ਨਾਲ ਬੁਲੇਟਦੇ ਆ ਹਰਕ੍ਰਿਸ਼ਨ ਦੇ ਪੈਰਾਂ ਹੇਠ ਜਿਵੇਂ ਪੈरिस ਦੀਆਂ ਸੜਕਾਂ ਵਿੱਚ ਗਈਆਂ। ਕਈਆਂ ਰਾਤਾਂ ਦਾ ਉਹ ਵੇਲਾ ਵੀ ਜਦੋਂ ਫਰਾਂਸੀਸੀ ਵਾਈਨ ਪੀ ਕੇ ਅੱਧੀ ਅੱਧੀ ਪਾਣੀ ਪਾਣੀ ਰਾਤ ਤੱਕ ਕਈਆਂ ਚਿੱਤਰਕਾਰਾਂ ਦੇ ਨਾਲ ਰਲ ਕੇ ਸੜਕਾਂ ਉੱਤੇ ਗਾਉਂਦਾ ਤੇ ਨੱਚਦਾ ਰਿਹਾ ਸੀ। ਉਦੋਂ ਜਦੋਂ ਪੈਰਿਸ ਦੀਆਂ ਰਵਾਇਤਾਂ ਦਾ ਬਹੁਤਾ ਵਾਕਿਫ ਨਹੀਂ ਸੀ ਹੋਇਆ ਸੋਚਦਾ ਹੁੰਦਾ ਸੀ ਕਿ ਹੋਟਲ ਵਾਲਿਆਂ ਨੂੰ 12 ਵਜੇ ਤੋਂ ਬਾਅਦ ਪਹੁੰਚਣ ਤੇ ਸ਼ਾਇਦ ਬੂਆ ਖੋਲਣ ਦੀ ਤਕਲੀਫ ਹੁੰਦੀ ਹੋएगी ਤੇ ਉਹ ਫਿਕਰ ਨਾਲ ਛੇਤੀ ਹੋਟਲ 'ਚ ਮੁੜ ਆਉਂਦਾ ਹੁੰਦਾ ਸੀ। ਪਰ ਜਦੋਂ ਉਹਨੂੰ ਇੱਕ ਦਿਨ ਹੋਟਲ ਵਾਲਿਆਂ ਨੇ ਹੀ ਆਖਿਆ ਸੀ ਪੈਰਿਸ ਦੀਆਂ ਰਾਤਾਂ ਸੌਣ ਵਾਸਤੇ ਨਹੀਂ ਹੁੰਦੀਆਂ। ਉਹ ਸੜਕਾਂ ਦਾ ਦੋਸਤ ਹੋ ਗਿਆ ਸੀ ਪੈਰਿਸ ਦੀ ਵਾਈਨ ਤੋਂ ਹਰਕ੍ਰਿਸ਼ਨ ਨੂੰ ਉਹ ਵੇਲਾ ਵੀ ਯਾਦ ਆਇਆ ਜਦੋਂ ਪਹਿਲੀ ਵਾਰੀ ਸੋਵੀਅਤ ਰੂਸ ਗਿਆ ਸੀ ਤੇ ਉਹਨੂੰ ਵਾਈਨ ਜਾਂ ਵੋਡਕਾ ਕੁਝ ਵੀ ਪੀਂਦਿਆਂ ਨਾ ਵੇਖ ਕੇ ਇੱਕ ਦਿਨ ਉਹਦੀ ਦੁਪਾਸ਼ੀ ਔਰਤ ਹੈਨਰੀ ਆਟਾ ਉਹਨੂੰ ਹਸਪਤਾਲ ਲੈ ਗਈ ਸੀ ਉਹਦਾ ਮੁਆਇਨਾ ਕਰਾਉਣ ਵਾਸਤੇ ਤੇ ਡਾਕਟਰ ਨੇ ਹਰ ਤਰ੍ਹਾਂ ਦਾ ਮੁਆਇਨਾ ਕਰਨ ਪਿਛੋਂ ਆਖਿਆ ਸੀ ਲੋ ਬਲੱਡ ਪ੍ਰੈਸ਼ਰ ਹੈ ਹੋਰ ਕੁਝ ਨਹੀਂ ਇਹਨੂੰ ਰੋਜ਼ ਵੋਡਕਾ ਜਾਂ ਕੋਨੀਆਕ ਪੀਣੀ ਚਾਹੀਦੀ ਅਤੇ ਗੱਲਾਂ ਕਰਦੇ ਆ ਡਾਕਟਰ ਨੇ ਪੁੱਛਿਆ ਸੀ ਤੇਰੇ ਦੇਸ਼ ਹਿੰਦੁਸਤਾਨ ਦਾ ਨੈਸ਼ਨਲ ਡਰਿੰਕ ਕੀ ਹੈ ਉਹ ਸੋਚੀ ਪੈ ਗਿਆ ਕਿ ਕੀ ਆਕਾਂ ਦੁੱਧ ਲੱਸੀ ਆਖ ਕੇ ਜਾ ਸਕਦੇ ਆ ਪਰ ਦੁੱਧ ਸਾਰਿਆਂ ਨੂੰ ਨਸੀਬ ਨਹੀਂ ਹੁੰਦਾ ਲੱਸੀ ਸਿਰ ਪਰ ਹੁਨਾਲੇ ਦੀ ਚੀਜ਼ ਹੋ ਸਕਦੀ ਹੈ ਪੂਰੇ ਬਰੇ ਦੀ ਨਹੀਂ ਇਸ ਲਈ ਉਹਨੇ ਹੱਸ ਕੇ ਆਖਿਆ ਸੀ ਸਾਡਾ ਨੈਸ਼ਨਲ ਡਰਿੰਕ ਪਾਣੀ ਹੈ ਡਾਕਟਰ ਨੂੰ ਯਕੀਨ ਨਹੀਂ ਸੀ ਆਇਆ ਉਹ ਪੁੱਛਦੀ ਰਹੀ ਸੀ ਪਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਲੋਕ ਵਾਈਨ ਨਾ ਪੀਂਦੇ ਹੋਣ ਉਹਨੇ ਡਾਕਟਰ ਨੂੰ ਦੱਸਿਆ ਸੀ ਕਿ ਵਾਈਨ ਵਿਸਕੀ ਦੀ ਤਾਂ ਸਾਡੇ ਦੇਸ਼ ਕਈਆਂ ਥਾਵਾਂ ਤੇ ਮਨਾਈ ਹੈ ਤੇ ਡਾਕਟਰ ਨੇ ਹੈਰਾਨ ਹੋ ਕੇ ਕਿਹਾ ਸੀ ਸਰਕਾਰ ਵੱਲੋਂ ਮਨਾਈ ਹੈ ਕਿ ਤੁਹਾਡੀ ਸਰਕਾਰ ਨਹੀਂ ਚਾਹੁੰਦੀ ਕਿ ਲੋਕ ਖੁਸ਼ ਰਹਿਣ ਉਦੋਂ ਤੱਕ ਹਰਕ੍ਰਿਸ਼ਨ ਨੇ ਕਦੇ ਕੁਝ ਵੀ ਨਹੀਂ ਸੀ ਲਾਇਆ ਮੂੰਹ ਨੂੰ ਲਾਇਆ ਇਸ ਲਈ ਡਾਕਟਰ ਦੀਆਂ ਗੱਲਾਂ ਤੇ ਹੱਸਦਾ ਰਿਹਾ ਪਰ ਹੁਣ ਜਦੋਂ ਉਹਨੇ ਪੈਰਿਸ ਦੀਆਂ ਰਾਤਾਂ ਦੀ ਖੁਮਾਰੀ ਵੇਖੀ ਤਾਂ ਉਹਨੇ ਰੂਸੀ ਡਾਕਟਰ ਦੀ ਹੈਰਾਨੀ ਦਾ ਭੇਤ ਪਾ ਲਿਆ ਉਹਦੀਆਂ ਅੱਖਾਂ ਸਾਹਮਣੇ ਜਰਮਨੀ ਦੀਆਂ ਸੜਕਾਂ ਵਿੱਚ ਗਈਆਂ ਜਿਨ੍ਹਾਂ ਤੇ ਘੁੰਮਣ ਲਈ ਤੇ ਆਪਣੇ ਚਿੱਤਰਾਂ ਦੀ ਨਮਾਇਸ਼ ਕਰਨ ਲਈ ਉਨੇ ਲੰਡਨ ਵਿੱਚ ਕਈ ਮਹੀਨੇ ਲਾ ਕੇ ਡਰਾਈਵਿੰਗ ਸਿੱਖੀ ਸੀ ਤੇ ਫਿਰ ਇੱਕ ਵੈਨ ਖਰੀਦ ਕੇ ਆਪਣੇ ਚਿੱਤਰਾਂ ਨਾਲ ਭਰ ਕੇ ਯੂਰਪ ਦੀਆਂ ਸੜਕਾਂ ਦੇ ਹਵਾਲੇ ਹੋ ਗਿਆ ਸੀ ਪਰ ਉਹਦੇ ਪੈਰ ਜਿਵੇਂ ਅਜੇ ਵੀ ਸਿਰਫ ਪੈਰਿਸ ਦੀਆਂ ਸੜਕਾਂ 'ਤੇ ਖਲੋਤੇ ਹੋਏ ਸਨ ਗੈਲਰੀ ਦੇ ਮਾਲਕਾਂ ਵੱਲੋਂ ਦਿੱਤੀਆਂ ਦਾਫਤਾਂ ਤੇ ਉਹਦੀਆਂ ਨਮਾਇਸ਼ਾਂ ਦੇ ਚਿੱਤਰਚੇਤਿਆਂ ਦੀ ਇੱਕ ਲੜੀ ਚ ਵੱਜ ਗਏ ਪੈਰਿਸ ਦੇ ਟੈਲੀਵਿਜ਼ਨ ਨੇ ਉਹਦੀ ਪਹਿਲੀ ਨਮਾਇਸ਼ ਜਦੋਂ ਟੈਲੀਵਿਜ਼ਨ ਤੇ ਪੇਸ਼ ਕੀਤੀ ਸੀ ਤਾਂ ਉਹਦੀ ਇੱਕ ਫਿਲਮ ਹਰੀਕਿਸ਼ਨ ਨੂੰ ਤੋਹਫ਼ਾ ਵੀ ਦਿੱਤੀ ਸੀ ਪਰ ਬੰਬਈ ਵਾਲੇ ਸੱਲ ਨਾਲ ਭਰੇ ਹੋਏ ਉਹਦੇ ਕਮਰੇ 'ਚ ਪਈ ਪਈ ਪਤਾ ਨਹੀਂ ਕਦੋਂ ਵੀ ਦੀ ਖਰਾਬ ਹੋ ਚੁੱਕੀ ਸੀ ਪਰ ਇਸ ਵੇਲੇ ਹਰਕਿਸ਼ਨ ਨੂੰ ਜਾਪਿਆ ਜਿਵੇਂ ਉਹ ਫਿਲਮ ਉਸੇ ਤਰ੍ਹਾਂ ਚੱਲ ਰਹੀ ਹੈ ਤੇ ਉਹਨੂੰ ਆਪਣਾ ਇੱਕ ਇੱਕ ਚਿੱਤਰ ਵਿਖਾਈ ਦੇ ਰਿਹਾ ਹੈ। ਇਸ ਸਮੁੰਦਰ ਦੇ ਪਾਸੇ ਨਾਲ 3 ਫੁੱਟ ਉੱਚੀ ਪੱਥਰ ਦੀ ਦੀਵਾਰ ਉੱਤੇ ਬੈਠੇ ਹੋਏ ਹਰਕਿਸ਼ਨ ਨੇ ਆਪਣੇ ਮੋਢਿਆਂ ਨੂੰ ਤੇ ਗਰਦਨ ਨੂੰ ਆਪਣੀ ਕੱਲੀ ਨਾਲ ਇੰਜ ਛੋਇਆ ਜਿਵੇਂ ਸਾਰੇ ਦਾ ਸਾਰਾ ਪੈरिस ਮੁਰਾਇਮਾਂ ਦੇ ਜਾਪਾਨੀ ਮਫਲਰ ਵਾਂਗ ਉਦੇ ਗਲਦ ਵਾਲੇ ਬਲਿਆ ਹੋਇਆ ਅੰਗ ਵੀ ਬਾਹਰ ਦੀ ਯਾਤਰਾ ਤੇ ਅੰਦਰ ਦੀ ਯਾਤਰਾ ਹਰਕਿਸ਼ਨ ਦੇ ਮਨ ਚ ਸਮੁੰਦਰ ਦੀਆਂ ਛੱਲਾਂ ਵਾਂਗ ਉੱਠਣ ਲੱਗੀ ਬਾਹਰ ਦੇ ਚੰਦਰਮਾ ਵਾਂਗ ਅੱਜ ਕੋਈ ਚੰਦਰਮਾ ਉਹਦੇ ਅੰਦਰ ਵਾਰ ਵੀ ਚੜਿਆ ਹੋਇਆ ਸੀ ਹੁਣ ਬਾਹਰ ਦੀ ਚਾਨਣੀ ਕਮਰੇ ਚ ਨਹੀਂ ਸੀ ਆ ਰਹੀ ਪਰ ਅੰਦਰ ਦੀ ਚਾਨਣੀ ਸਿੱਧਾ ਉਹਦੀ ਰੂਹ ਤੇ ਪੈਂਦੀ ਪਈ ਸੀ ਰੂਹ ਚ ਇੱਕ ਦੀਵਾਨਗੀ ਤਾਰੀ ਹੋ ਗਈ ਸਾਹਮਣੇ ਪਾਂਗੀ ਵਾਲੀ ਗੁਲਾਬੋ ਦਾ ਮੂੰਹ ਆ ਗਿਆ ਜਿਹੜੀ ਚੰਬੇ ਦੇ ਮੇਲੇ ਤੇ ਆਈ ਹੋਈ ਸੀ ਤੇ ਹਰਕ੍ਰਿਸ਼ਨ ਨੇ ਉਹਦੀ ਮਾਂ ਨੂੰ ਮਨਾ ਲਿਆ ਸੀ ਕਿ ਉਹ ਤਿੰਨ ਦਿਨ ਦੁਪਹਿਰਾਂ ਨੂੰ ਕੁਛਿਰ ਉਹਦੇ ਸਾਹਮਣੇ ਬੈਠੇਗੀ ਤੇ ਉਹ ਕੈਨਵਸ ਉੱਤੇ ਉਹਦੀ ਤਸਵੀਰ ਬਣਾਏਗਾ। ਉਹ ਤਸਵੀਰ ਬਣਵਾਉਂਦੇ ਆਂ ਗੁਲਾਬੋ ਨੇ ਬੜੀ ਅਲੜਤਾ ਨਾਲ ਲੱਖਿਆ ਸੀ ਬਾਉ ਜੀ ਮੈਂ ਇੱਕ ਵਾਰੀ ਬਾਈਸਕੋਪ ਵੇਖਿਆ ਸੀ। ਉਹਦੇ ਵਿੱਚ ਇੱਕ ਚਾਦਰ ਉੱਤੇ ਤਸਵੀਰਾਂ ਨੱਚਦੀਆਂ ਸੀ। ਤੁਸੀਂ ਮੇਰੀ ਤਸਵੀਰ ਨੂੰ ਕਦੀ ਚਾਦਰ ਉੱਤੇ ਨਾ ਨਚਾਣਾ। ਤੇ ਉਹਨੂੰ ਗੁਲਾਬੋ ਦੀ ਆਪਣੀ ਆਬਰੂ ਲਈ ਚਿੰਤਾ ਬਹੁਤ ਪਿਆਰੀ ਲੱਗੀ ਸੀ। ਫਿਰ ਗੁਲਾਬੋ ਨੇ ਵੀ ਆਖਿਆ ਸੀ ਚੰਬੇ ਦੇ ਮੇਲੇ 'ਚ ਜਦੋਂ ਲੋਕ ਪਕੌੜੇ ਖਾਂਦੇ ਆ ਤੇ ਦੁਕਾਨ ਵਾਲੇ ਜਿਹੜੇ ਕਾਗਤਾਂ ਉੱਤੇ ਪਕੌੜੇ ਪਾ ਕੇ ਦਿੰਦੇ ਆ ਉਹਨਾਂ ਕਾਗਤਾਂ ਉੱਤੇ ਵੀ ਔਰਤਾਂ ਦੀਆਂ ਤਸਵੀਰਾਂ ਹੁੰਦੀਆਂ ਤੇ ਫਿਰ ਜਦੋਂ ਪਕੌੜੇ ਖਾ ਕੇ ਲੋਕ ਉਹ ਕਾਗਤ ਸੁੱਟ ਦਿੰਦੇ ਆ ਤਾਂ ਪੈਰਾਂ 'ਚ ਸੁੱਟੇ ਹੋਏ ਕਾਗਤਾਂ ਉੱਤੇ ਲੋਕਾਂ ਦੇ ਪੈਰ ਆ ਜਾਂਦੇ ਬਾਬੂ ਜੀ ਤੁਸੀਂ ਮੇਰੀ ਤਸਵੀਰ ਵਾਲਾ ਕਾਗਤ ਪੈਰਾਂ 'ਚ ਨਾ ਸੁੱਟਣਾ ਤੇ ਉਹਦਾ ਮਨ ਅਲੜ ਗੁਲਾਬੋ ਦੀ ਲਈ ਯਾਦਰ ਨਾਲ ਭਰ ਗਿਆ ਤੇ ਫਿਰ ਹਰਕਿਸ਼ਨ ਦੀਆਂ ਅੱਖਾਂ 'ਗੇ ਉਹ ਬੜੀਆਂ ਨਿਰਛਲ ਕੁੜੀਆਂ ਆ ਗਈਆਂ ਜਿਨ੍ਹਾਂ ਚੋਂ ਇੱਕ ਤਰ੍ਹਾਂ ਦੀਆਂ ਕੁੜੀਆਂ ਦੇ ਹੱਤੜੀਆਂ ਅਖਵਾਉਂਦੀਆਂ ਸਨ ਤੇ ਇੱਕ ਤਰ੍ਹਾਂ ਦੀਆਂ ਰਿਹਾਂ ਤੜੀਆਂ ਉਹ ਜਦੋਂ ਜான் ਸਰ ਬਾਵਰ ਦੀ ਯਾਤਰਾ ਲਈ ਗਿਆ ਸੀ ਤਾਂ ਪਤਾ ਲੱਗਾ ਸੀ ਕਿ ਡੇਰਾ ਦੂਨ ਤੋਂ 54 ਮੀਲ ਦੂਰ ਚੱਕਰਾਤਾ ਹੈ ਤੇ ਚੱਕਰਾਤੇ ਤੋਂ 5 ਮੀਲ ਅੱਗੇ ਜਾ ਕੇ ਜான் ਸਰ ਬਾਵਰ ਦੀ ਹਦ ਸ਼ੁਰੂ ਉਹਦੇ ਇੱਕ ਪਾਸੇ ਨੂੰ ਗੜਵਾਲ ਲੱਗਦਾ ਦੂਜੇ ਪਾਸੇ ਨੂੰ ਹਿਮਾਚਲ ਦਾ ਕੋਟਖਾਈ ਵਾਲਾ ਇਲਾਕਾ ਰਹਾਦਾ ਆਖਰੀ ਪਿੰਡ ਸੀ ਨਵਗਾਉਂ ਚੱਕਰਾਤੇ ਚ ਲਖਾ ਮੰਡਲ ਦੀ ਦੱਸ ਪਈ ਸੀ ਕਿ ਉਹ ਥਾਂ ਜਿੱਥੇ ਕੌਰਵਾਂ ਨੇ ਲੱਖ ਦਾ ਮਹਿਲ ਬਣਾਇਆ ਸੀ ਤੇ ਉੱਥੇ ਰਹਿਣ ਵਾਲੇ ਆਪਣੇ ਆਪ ਨੂੰ ਪਾਂਡਵਾਂ ਦੀ ਔਲਾਦ ਦੱਸਦੇ ਸਨ ਉਹਨੇ ਸੁਣਿਆ ਸੀ ਕਿ ਉਹ ਲੋਕ ਲੱਕੜ ਦੇ ਘਰਾਂ ਚ ਰਹਿੰਦੇ ਹਨ ਤੇ ਉਹਨਾਂ ਘਰਾਂ ਦੇ ਦਰਵਾਜ਼ਿਆਂ ਤੇ ਛੱਜਿਆਂ ਉੱਤੇ ਕੀਤਾ ਹੋਇਆ ਲੱਕੜ ਦਾ ਕੰਮ ਵੇਖਣ ਵਾਲਾ ਚੱਕਰਾਤੇ ਤੋਂ ਅੱਗੇ ਖੱਜਰਾ ਉੱਤੇ ਜਾਣਾ ਸੀ ਉੱਥੇ ਲੋਕਾਂ ਨੇ ਉਹਨੂੰ ਆਗਾ ਕੀਤਾ ਸੀ ਬਾਉ ਜੀ ਸੰਭਲ ਕੇ ਜਾਣਾ ਅੱਗੇ ਪੁੱਠੇ ਪੈਰਾਂ ਵਾਲੀਆਂ ਹੁੰਦੀਆਂ ਨੇ ਜੋ ਸਿੱਧੇ ਪੈਰਾਂ ਵਾਲੀਆਂ ਦਾ ਰੂਪ ਧਾਰ ਕੇ ਬੰਦੇ ਨੂੰ ਮੋਹ ਲੈਂਦੀਆਂ ਨੇ ਤੇ ਫਿਰ ਢੇਡੂ ਬਣਾ ਕੇ ਆਪਣੇ ਬੂਹੇ ਨਾਲ ਬੰਨ ਲੈਂਦੀਆਂ ਨੇ ਹਰਕਿਸ਼ਨ ਨੇ ਹੱਸ ਕੇ ਇੱਕ ਖੱਜਰ ਉੱਤੇ ਆਪਣੇ ਰੰਗ ਬੁਰਸ਼ ਤੇ ਕੱਪੜੇ ਲੱਦ ਲਏ ਸਨ ਫਿਰ ਅੱਗੇ ਜਾ ਕੇ ਜਾਣਿਆ ਕਿ ਪਿੰਡ ਵਿੱਚ ਜਿੰਨੀਆਂ ਵੀ ਕੁੜੀਆਂ ਸਨ ਉਹਨਾਂ ਚ ਜੋ ਸੌਰਿਆਂ ਦੇ ਘਰ ਰਹਿੰਦੀਆਂ ਸੀ ਉਹ ਰਹਿਣ ਤੜੀਆਂ ਖਵਾਉਂਦੀਆਂ ਸੀ ਤੇ ਜੋ ਕਿਸੇ ਪ੍ਰਾਇਮਰਦ ਵਾਲ ਅੱਖ ਭਰ ਕੇ ਨਹੀਂ ਸਨ ਵੇਖਦੀਆਂ ਤੇ ਜਿਹੜੀਆਂ ਪੇਕਿਆਂ ਦੇ ਘਰ ਹੁੰਦੀਆਂ ਸਨ ਉਹ ਦੇਹਾਂ ਤੜੀਆਂ ਸਨ ਕੁੜੀਆਂ ਨੂੰ ਖੂਹ ਤੇ ਪਾਣੀ ਭਰਦਿਆਂ ਨੂੰ ਕੋਈ ਵੀ ਰਾਹੀ ਪੁੱਛ ਸਕਦਾ ਸੀ ਕਿ ਵੀ ਤੁਹਾਡੇ ਵਿੱਚੋਂ ਦੇਹਾਂਤੜੀ ਕੌਣ ਹੈ ਉਹ ਜੋ ਰਹਿਾਂਤੜੀਆਂ ਹੁੰਦੀਆਂ ਹਨ ਉਹ ਸਿਰਫ ਸੋਰੇ ਕਰ ਰਹੇ ਹਨ ਤੜੀਆਂ ਖਵਾਉਂਦੀਆਂ ਹਨ ਪਰ ਜਦੋਂ ਪੇਕਿਆ ਜਾਂਦੀਆਂ ਤਾਂ ਉਹ ਵੱਤ ਕੁਆਰੀਆਂ ਹੋ ਕੇ ਦੇਹਾਂਤੜੀਆਂ ਤੇ ਉਸਨੂੰ ਕ੍ਰਿਸ਼ਨ ਨੇ ਜਾਣਿਆ ਸੀ ਕਿ ਸੱਚ ਇਹ ਸਾਦਗੀ ਇਹ ਨਿਰਛਲਤਾ ਉਹਦੀ ਪੈਸਿਆਂ ਵਾਲੀ ਦੁਨੀਆ 'ਚ ਕਦੇ ਪੈਰ ਨਹੀਂ ਰੱਖ ਸਕਦੀ ਜਾਣਿਆ ਸੀ ਕਿ ਕੋਈ ਵੀ ਦੇਹਾਂਤੜੀ ਕਿਸੇ ਰਾਹੀ ਦੀ ਮੰਗ ਨੂੰ ਨਾ ਮੰਜ਼ੂਰ ਨਹੀਂ ਸੀ ਕਰਦੀ। ਉਹਨੂੰ ਆਪਣੇ ਘਰ ਲੈ ਜਾਂਦੀ ਸੀ, ਗਰਮ ਪਾਣੀ ਨਾਲ ਉਹਦੀਆਂ ਲੱਤਾਂ ਧੋਂਦੀ ਸੀ, ਖੁਰਮਾਨੀਆਂ ਦੀਆਂ ਗਿਟਕਾਂ ਦੇ ਤੇਲ ਨਾਲ ਲੱਤਾਂ ਨੂੰ ਘੁਟਦੀ ਤੇ ਮਲਦੀ ਸੀ। ਫਿਰ ਸੁੱਚੇ ਘਿਓ ਦੀ ਰੋਟੀ ਖਵਾਉਂਦੀ ਸੀ ਤੇ ਉਹਨੂੰ ਆਪਣੇ ਬਿਸਤਰੇ ਦਾ ਤੇ ਆਪਣੇ ਵਦਨ ਦਾ ਨਿਗ ਦੇ ਕੇ ਸਵੇਰੇ ਉਹਨੂੰ ਉਹਦੇ ਰਾਹ ਨੂੰ ਤੋਰ ਦਿੰਦੀ ਸੀ। ਤੇ ਕਿਸੇ ਵੀ ਦੇਹਾਂਤੜੀ ਵਾਸਤੇ ਕਿਸੇ ਵੀ ਰਾਹੀ ਤੋਂ ਕੋਈ ਪੈਸਾ ਕਬੂਲਣਾ ਉਹਦੇ ਧਰਮ 'ਚ ਨਹੀਂ ਸੀ। ਧਰਮ ਉਹ ਲਫਜ਼ ਹਰਕਿਸ਼ਨ ਨੂੰ ਬਾਹਰ ਦੀ ਯਾਤਰਾ ਤੋਂ ਕੱਢ ਕੇ ਮੰਨ ਦੀ ਯਾਤਰਾ ਤੇ ਪਾ ਗਿਆ। ਉਹਨੂੰ ਆਪਣਾ ਇੱਕ ਸੁਪਨਾ ਯਾਦ ਆਇਆ। ਵੇਖਿਆ ਸਾਹਮਣੇ ਕੇ ਕੇ ਹੈਬਰ ਬੈਠੇ ਹੋਏ ਹਨ। ਉਹੀ ਜਿਨ੍ਹਾਂ ਕੋਲੋਂ ਹਰਕਿਸ਼ਨ ਨੇ ਚਿੱਤਰਕਲਾ ਦੀ ਪਹਿਲੀ ਸਿਖਲਾਈ ਲਈ ਸੀ। ਤੇ ਵੇਖਿਆ ਇੱਕ ਪੁਰਾਣੇ ਕਾਰੀਗਰ ਘਰਾਣੇ ਦਾ ਇੱਕ ਆਦਮੀ ਹੈਬਰ ਕੋਲੋਂ ਦੇਖਿਆ ਲੈ ਰਿਹਾ। ਫਿਰ ਇੱਕ ਹੋਰ ਆਦਮੀ ਆਉਂਦਾ ਹੈ। ਹੈਬਰ ਉਹਨੂੰ ਵੀ ਦੇਖਿਆ ਦਿੰਦੇ ਹੈ। ਹਰਕਿਸ਼ਨ ਵੀ ਉਹਨਾਂ ਦੇ ਕੋਲ ਬਾਰ ਬੈਠ ਜਾਂਦਾ ਆਖਦਾ ਮੈਨੂੰ ਵੀ ਦਿਖਿਆ ਦਿਓ। ਹਰਕ੍ਰਿਸ਼ਨ ਆਖਦਾ ਹੈ ਮੈਂ ਵੀ ਇੱਕ ਪ੍ਰਾਚੀਨ ਘਰਾਣੇ ਚੋਂ ਹਾਂ ਅਜੰਤਾ ਤੇ ਅਲੋਰਾ ਦੇ ਚਿੱਤਰ ਮੈਂ ਹੀ ਬਣਾਏ ਸਨ ਚਿੱਤਰਕਲਾ ਮੇਰਾ ਧਰਮ ਹੈ ਹੈਬਰ ਪਰਾਂ ਜੇ ਬੈਠੇ ਹੋਏ ਇੱਕ ਬਜ਼ੁਰਗ ਵੱਲ ਇਸ਼ਾਰਾ ਕਰ ਦਿੰਦੇ ਹੈ ਹਰਕ੍ਰਿਸ਼ਨ ਉਸ ਬਜ਼ੁਰਗ ਦੇ ਕੋਲ ਜਾਣ ਲੱਗਦਾ ਹੈ ਤਾਂ ਹੈਬਰ ਆਖਦੇ ਹੈ ਉਹ ਦੱਖਣੀ ਭਾਰਤ ਦੇ ਸਭ ਤੋਂ ਸਿਆਣੇ ਤੇ ਬਹੁਤ ਵੱਡੇ ਆਲਮ ਹਨ ਤੂੰ ਉਹਨਾਂ ਕੋਲੋਂ ਦੇਖਿਆ ਲੈ ਹਰਕ੍ਰਿਸ਼ਨ ਵੇਖਦਾ ਹੈ ਕਿ ਉਹ ਬਜ਼ੁਰਗ ਜਿੱਥੇ ਬੈਠੇ ਹੋਏ ਹੈ ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡਾ ਮੰਦਿਰ ਹੈ ਜਿਦੇ ਵਿੱਚ ਕਈ ਥਾਈਂ ਹਵਨ ਹੋ ਰਹੇ ਹੈ ਹਰ ਕੁਐਸ਼ਨ ਉਸ ਬਜ਼ੁਰਗ ਦੇ ਸਾਹਮਣੇ ਅਦਬ ਨਾਲ ਖਲੋ ਜਾਂਦਾ ਹੈ ਵੇਖਦਾ ਉਹ ਤਾਮਿਲ ਬਜ਼ੁਰਗ ਹਨ ਲੋਕ ਇੱਕ ਚਿੱਟੀ ਥੋਤੀ ਜੀ ਦਾ ਪੱਲਾ ਮੋਢੇ ਉੱਤੇ ਪਿਆ ਹੋਇਆ ਹੈ ਤੇ ਉਹਨੂੰ ਖਿਆਲ ਆਉਂਦਾ ਹੈ ਕਿ ਮੈਨੂੰ ਤਾਮਿਲ ਨਹੀਂ ਆਉਂਦੀ ਮੈਂ ਗੱਲ ਕਿਸ ਤਰ੍ਹਾਂ ਕਰਾਂਗਾ ਉਹ ਹਰ ਕੇ ਆਪਣੀ ਜ਼ਬਾਨ 'ਚ ਗੱਲ ਕਰਦਾ ਪਰ ਹੈਰਾਨ ਹੁੰਦਾ ਉਸ ਤਾਮਿਲ ਬਜ਼ੁਰਗ ਨੇ ਉਹਦੀ ਗੱਲ ਸਮਝ ਲਈ ਹੈ ਤੇ ਜੋ ਜਵਾਬ ਦਿੰਦਾ ਉਹ ਵੀ ਉਹਨੂੰ ਸਮਝ ਆ ਰਿਹਾ ਹੈ ਇਹ ਪਤਾ ਨਹੀਂ ਕਿਹੜੀ ਜ਼ਬਾਨ ਹੈ ਉਹ ਹੈਰਾਨ ਹੁੰਦਾ ਪਰ ਉਹਨੇ ਉਸ ਬਜ਼ੁਰਗ ਦੀ ਆਖੀ ਹੋਈ ਗੱਲ ਸਮਝ ਲਈਏ। ਉਹਨੂੰ ਆਖਿਆ ਗਿਆ ਕਿ ਕ੍ਰਿਸ਼ਨ ਤੇ ਨਾਨਕ ਦੇ ਬਚਨ ਬਾਣੀ ਸਮਝੋ। ਸਿਰ ਪੜੋ ਨੀ ਸਮਝੋ ਤੇ ਉਹਨੂੰ ਚਿੱਤਰੋ। ਹਰਕ੍ਰਿਸ਼ਨ ਫੇਰ ਆਖਦਾ ਕਿ ਕ੍ਰਿਸ਼ਨ ਦਾ ਸਮਾਂ ਕਿਹੜਾ ਨਾਨਕ ਦਾ ਕਿਹੜਾ ਤੇ ਅੱਗੋਂ ਹਰਕ੍ਰਿਸ਼ਨ ਨੂੰ ਪੁੱਛਦਾ ਹੈ ਚਿੱਤਰ ਕਲਾ ਤੇਰੇ ਲਈ ਕੀ ਹੈ? ਹਰਕ੍ਰਿਸ਼ਨ ਆਖਦਾ ਮੇਰਾ ਧਰਮ ਇੰਨੇ ਨੂੰ ਸਾਹਮਣੇ ਉਹ ਕਈ ਦੇਵਤੇ ਆਉਂਦੇ ਤਿਸ ਤੇ ਹਨ ਜੋ ਦੱਖਣੀ ਭਾਰਤ ਦੇ ਗਾਇਕਾਂ ਵਾਂਗ ਮਰਦੰਗ ਵਜਾ ਰਹੇ ਹਨ। ਨੇੜੇ ਆਉਂਦੇ ਹੈ। ਤੇ ਉਹ ਦੇਵਤੇ ਬੜੇ ਥੱਕੇ ਹੋਏ ਜਾਪਦੇ ਆ ਤੇ ਫਿਰ ਆਪਣੇ ਆਪਣੇ ਮਿਰਦੰਗ ਜ਼ਮੀਨ ਤੇ ਰੱਖ ਕੇ ਆਪਣੇ ਚਿਹਰਿਆਂ ਦੇ ਨਕਾਬ ਉਤਾਰਦੇ ਆ ਉਹ ਵੇਖਦਾ ਸਾਰੇ ਸਧਾਰਨ ਇਨਸਾਨ ਹਨ ਪਰ ਹੁਣ ਇਹਨਾਂ ਨੇ ਦੇਵਤਿਆਂ ਦੇ ਨਕਾਬ ਪਾਏ ਸਨ ਉਹ ਕੁਝ ਘਬਰਾ ਕੇ ਹੈਬਰਵਲ ਵੇਖਦਾ ਆਖਦਾ ਮੈਂ ਤਾਂ ਹੀ ਦੇਵਤੇ ਸਮਝੇ ਸੀ ਪਰ ਇਹ ਸਿਰਫ ਇਨਸਾਨ ਨਿਕਲੇ ਹੈ ਬਰ ਹੱਸ ਪੈਂਦਾ ਆਖਦੇ ਹਨ ਸਹੀ ਮਾਨਿਆਂ ਚ ਇਨਸਾਨ ਹੋਣਾ ਹੀ ਤਾਂ ਮੁਸ਼ਕਲ ਹੈ ਹਰੀਕ੍ਰਿਸ਼ਨ ਅੱਜ ਹਰੀਕ੍ਰਿਸ਼ਨ ਨੂੰ ਆਪਣਾ ਇਹ ਸੁਪਨਾ ਯਾਦ ਆਇਆ ਕਜਾਪਿਆ ਇਨਸਾਨ ਨੇ ਸੱਚਮੁੱਚ ਕਦੇ ਇਨਸਾਨ ਲਫ਼ਜ਼ ਦੇ ਅਰਥ ਨੂੰ ਨਹੀਂ ਜਾਣਿਆ ਤੇ ਨਾ ਉਹਨੇ ਕਦੇ ਧਰਮ ਦੇ ਅਰਥ ਨੂੰ ਜਾਣਿਆ ਤੇ ਉਸੇ ਸਾਹ ਨਾਲ ਹਰਕ੍ਰਿਸ਼ਨ ਨੂੰ ਅਹਿਸਾਸ ਹੋਇਆ ਕਿ ਇਨਸਾਨ ਨੇ ਅਜੇ ਤੱਕ ਰਿਸ਼ਤਾ ਲਫ਼ਜ਼ ਦੀ ਵੀ ਥਾਂ ਨਹੀਂ ਪਾਈ ਰਿਸ਼ਤਾ ਲਹੂ ਦੀ ਕਿਹੜੀ ਤੰਦ ਨਾਲ ਜੁੜਦਾ ਹੈ ਲੋਕਾਂ ਨੂੰ ਸਖਿਆ ਕਰ ਜਾਂਦਾ ਹੈ ਤੇ ਕਿਹੜੀ ਤੰਦ ਤੋਂ ਖੜ ਕੇ ਲੋਕਾਂ ਨੂੰ ਮਤਰਿਆ ਕਰ ਜਾਂਦਾ ਹੈ ਕੁਝ ਵੀ ਹਰਕ੍ਰਿਸ਼ਨ ਦੀ ਪਕੜ 'ਚ ਨਾ ਆਇਆ ਪਰ ਜ਼ਿੰਦਗੀ ਦੀਆਂ ਵੇਖੀਆਂ ਸੁਣੀਆਂ ਭੁਗਤੀਆਂ ਹੋਈਆਂ ਕੁਝ ਹਕੀਕਤਾਂ ਸਨ ਜੋ ਉਹਦੇ ਸਾਹਮਣੇ ਇੱਕ ਖੁੱਲੀ ਕਿਤਾਬ ਵਰਗੀਆਂ ਸਨ ਇਸੇ ਖੁੱਲੀ ਕਿਤਾਬ 'ਚ ਇੱਕ ਨਾਮ ਦਰਸ਼ਨ ਬੜੇ ਰੰਗਲੇ ਅੱਖਰਾਂ 'ਚ ਲਿਖਿਆ ਹੋਇਆ ਸੀ ਹਰ ਕ੍ਰਿਸ਼ਨ ਉਹਦੇ ਵੱਲ ਤੱਕਦਾ ਤੱਕਦਾ ਰਹਿ ਗਿਆ ਇਹ ਦਰਸ਼ਨ ਉਹਦਾ ਕੌਣ ਹੈ ਤੇ ਉਹਦੇ ਦੋਵੇਂ ਭਰਾ ਅਰਜਨ ਤੇ ਦਵਿੰਦਰ ਉਹਦੇ ਕੀ ਲੱਗਦੇ ਐ ਕਿ ਉਹ ਜਦੋਂ ਲੰਡਨ 'ਚ ਪੈਰ ਧਰਦਾ ਸੀ ਉਹ ਲੰਡਨ 'ਚ ਰਹਿੰਦੇ ਤਿੰਨ ਭਰਾ ਆਪਣੇ ਘਰ ਦਾ ਬੂਆ ਉਹਦੇ ਲਈ ਇੰਜ ਖੋਲ ਦਿੰਦੇ ਸਨ ਜਿਵੇਂ ਉਹ ਸਿਰਫ ਘਰ ਦੀ ਰਾਖੀ ਵਾਸਤੇ ਉੱਥੇ ਰਹਿੰਦੇ ਹੋਣ ਘਰ ਦਾ ਅਸਲੀ ਮਾਲਕ ਹੋਣ ਘਰ ਪਰਤਿਆ ਹੋਏ ਤੇ ਉਹਨਾਂ ਨੇ ਜਦੋਂ ਲੰਡਨ 'ਚ ਆਪਣਾ ਘਰ ਬਣਵਾਇਆ ਸੀ ਘਰ ਦੀ ਦਹਲਿਜ਼ੇ ਚੜਨ ਦੀ ਸਾਰੀ ਰਸਮ ਹਰਕ੍ਰਿਸ਼ਨ ਦੇ ਹੱਥੋਂ ਕਰਵਾਈ ਸੀ ਪਾਣੀ ਦਾ ਭਰਿਆ ਕੋਰਾ ਘੜਾ ਵੀ ਘਰ ਦੇ ਸ਼ਗਨ ਵਾਲਾ ਉਹਦੇ ਹੱਥੋਂ ਘਰ 'ਚ ਰਖਵਾਇਆ ਸੀ ਤੇ ਉਹਦੇ ਪਾਣੀ ਦਾ ਪਹਿਲਾ ਘੁੱਟ ਵੀ ਉਸੇ ਦੇ ਮੂੰਹ ਲਵਾਇਆ ਸੀ ਉਸੇ ਘਰ 'ਚ ਹਰ ਕ੍ਰਿਸ਼ਨ ਨੇ ਆਪਣਾ ਲੰਡਨ ਵਾਲਾ ਸਟੂਡੀਓ ਬਣਾਇਆ ਹੋਇਆ ਸੀ ਜਿਹਨੂੰ ਉਹ ਭਾਵੇਂ ਬਰੇ ਪਿੱਛੋਂ ਜਾ ਕੇ ਖੋਲਦਾ ਸੀ ਤੇ ਭਾਵੇਂ ਦੋ ਬਰੇਆਂ ਪਿੱਛੋਂ ਇੱਕ ਕਹਾਣੀ ਸੀ ਉਹਦੇ ਬਚਪਨ 'ਚ ਇੱਕ ਪਰੀ ਕਹਾਣੀ ਵਾਂਗ ਸੁਣੀ ਸੀ ਤੇ ਫਿਰ ਜ਼ਿੰਦਗੀ ਦੇ ਆਉਂਦੇ ਹੋਏ ਬਰੇਆਂ 'ਚੋਂ ਸੱਚ ਹੁੰਦੀ ਵੇਖੀ ਸੀ ਹਰ ਕ੍ਰਿਸ਼ਨ ਦੀ ਮਾਂ ਤੇ ਉਹਦੇ ਬਾਉ ਜੀ ਦੱਸਦੇ ਹੁੰਦੇ ਸਨ ਕਿ ਬਾਉ ਜੀ ਜਦੋਂ ਕੁਆਰੇ ਸਨ ਉਹਨਾਂ ਦੀ ਕੁੜਮਾਈ ਗਿੱਲ ਨਾਂ ਦੇ ਪਿੰਡ 'ਚ ਹੋਈ ਸੀ ਪਰ ਉਹ ਕੁੜੀ ਜਿਉਂਦੀ ਨਹੀਂ ਰਹੀ ਇਸ ਲਈ ਉਹਦੇ ਨਾਲ ਵਿਆਹ ਵਾਲਾ ਦਿਨ ਨਹੀਂ ਸੀ ਆਇਆ